Facebook live ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ। ਸੋ ਦੋਸਤੋ ਲਾਸਟ ਵੀਕ ਆਪਾਂ ਗੱਲ ਕੀਤੀ ਸੀਗੀ ਕਿ ਕੈਨੇਡਾ ਸਟੂਡੈਂਟ ਵੀਜ਼ਾ ਬਾਰੇ ਔਰ ਮੌਂਟਰੀਅਲ ਦੇ ਕੁਝ ਕਾਲਜੇਜਸ ਦੇ ਬਾਰੇ ਗੱਲ ਕੀਤੀ ਸੀ ਕਿ ਜਿਹਦੇ ਕਰਕੇ ਸਟੂਡੈਂਟਸ ਬਹੁਤ ਜ਼ਿਆਦਾ ਪ੍ਰੋਬਲਮ ਚ ਨੇ ਜਾਂ ਪਰੇਸ਼ਾਨ ਨੇ। ਸੋ ਅੱਜ ਇੱਕ ਨਵੀਂ ਅਪਡੇਟ ਜਿਹਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਜਾਂ ਮੋਰ ਪ੍ਰੈਸਾਈਜ਼ਲੀ ਦਸਾਂ ਤੇ BC ਦੇ ਵਿੱਚ ਜਿਹੜੇ BC ਗਵਰਨਮੈਂਟ ਹੈ ਜਿਹੜੀ EQA ਬਾਡੀ ਹੈ BC ਦੀ এডਿਕੇਸ਼ਨ ਕੁਆਲਟੀ ਨੂੰ ਜਿਹੜੀ ਅਸੈਸ ਕਰਦੀ ਹੈ ਔਰ ਉਹਦਾ ਖਿਆਲ ਰੱਖਦੀ ਹੈ ਉਸ ਗਵਰਨਮੈਂਟ ਵੱਲੋਂ ਇੱਕ ਬਹੁਤ ਇੰਪੋਰਟੈਂਟ ਪਰਸਨ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਬਹੁਤ سارے ਸਟੂਡੈਂਟਸ ਨੂੰ ਤੁਹਾਨੂੰ ਜਾਂ ਕੰਸਲਟੈਂਟਸ ਨੂੰ ਤਾਂ ਚਲੋ ਕਾਫੀਆਂ ਨੂੰ ਪਤਾ ਹੋਏਗਾ ਬਟ ਇੱਕ ਟਰਮ ਹੈ ਗਿਆ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ PPP ਜਿਹਨੂੰ ਕਹਿੰਦੇ ਆ PPP ਦੇ ਤਹਿਤ ਬਹੁਤ ਸਾਰੇ ਐਗਰੀਮੈਂਟਸ ਤੁਸੀਂ ਦੇਖੇ ਹੋਣੇ ਆ ਕਿ ਜਿਹਦੇ ਵਿੱਚ ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਸਟੂਡੈਂਟ ਪੜਦਾ ਬਟ ਉਹਨੂੰ ਜਿਹੜੀ ਕ੍ਰੈਡਿਟੇਸ਼ਨ ਜਿਹੜੀ ਮਿਲਦੀ ਹੈ ਜਿਹੜੀ ਉਹਨੂੰ ਡਿਗਰੀ ਮਿਲਦੀ ਹੈ ਜਿਹੜਾ ਡਿਪਲੋਮਾ ਮਿਲਦਾ ਉਹ ਉਸ ਪਬਲਿਕ ਕਾਲਜ ਤੋਂ ਮਿਲਦਾ ਜਿਹਦੇ ਨਾਲ ਉਹਦੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅਰੇਂਜ ਹੁੰਦੀ ਹੈ ਰੀਸੈਂਟਲੀ 온ਟਾਰੀਓ ਦੇ ਵਿੱਚ ਬਹੁਤ ਸਾਰੇ ਕਾਲਜੇਜ਼ ਦੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕੀਤੀ ਬਹੁਤ ਸਾਰੇ ਪਬਲਿਕ ਕਾਲਜੇਜ਼ ਨੇ ਕਈ ਪ੍ਰਾਈਵੇਟ ਕਾਲਜ ਨਾਲ ਪਾਰਟਨਰਸ਼ਿਪ ਕੀਤੀ ਜਿਦਾ ਮਹੌਕ ਨੇ ਕੀਤੀ ਹੈ ਐਲਗਨਕੁਇਨ ਨੇ ਕੀਤੀ ਫਲੇਮਿੰਗ ਨੇ ਕੀਤੀ ਸੋ ਇਹ ਸਾਰੀਆਂ ਪਾਰਟਨਰਸ਼ਿਪਸ ਕੀਤੀਆਂ ਸੋ ਬਹੁਤ ਸਾਰੇ ਕਾਲਜੇਜ਼ ਨੇ ਇੱਥੋਂ ਤੱਕ ਵੀ ਕੋਸ਼ਿਸ਼ ਕੀਤੀ ਕਿ BC ਦੇ ਵਿੱਚ ਵੀ ਇਹ ਪਾਰਟਨਰਸ਼ਿਪ ਕਿਸੇ ਤਰੀਕੇ ਕੀਤੀ ਜਾਏ ਕਿ 온ਟਾਰੀਓ ਤੋਂ ਇੱਕ ਪਬਲਿਕ ਕਾਲਜ ਲੈ ਕੇ ਉਹਦੀ ਪਾਰਟਨਰਸ਼ਿਪ ਉੱਥੇ ਦੇ ਪ੍ਰਾਈਵੇਟ ਕਾਲਜ ਨਾਲ ਕਰਾਈ ਜਾਏ ਬਹੁਤ ਸਾਰੇ ਲੋਕ ਜਿਵੇਂ ਆਪਣੇ ਇੰਡੀਆ ਚ ਵੀ ਚੱਲਦਾ ਹੈ ਉਦਾਂ ਇੱਥੇ ਵੀ ਬਹੁਤ ਸਾਰੇ ਲੋਕ ਦੇ ਪਲੇ ਅਗੇਂਸਟ ਦਾ ਥਿੰਗਸ ਜਾਂ ਕੋਈ ਨਾ ਕੋਈ ਲੂਪ ਹੋਲ ਲੱਭ ਲੈਂਦੇ ਆ ਸਾਰੇ ਰੂਲਸ ਦੇ ਵਿੱਚੋਂ ਜਾਂ ਕੋਈ ਨਾ ਕੋਈ ਤਰੀਕਾ ਲੱਭ ਲੈਂਦੇ ਕਿ ਕਿਹੜਾ ਕੰਮ ਕਿਸ ਤਰੀਕੇ ਨਾਲ ਕਰਾਇਆ ਜਾਏ BC ਗਵਰਨਮੈਂਟ ਕਦੀ ਵੀ ਬਹੁਤ ਜ਼ਿਆਦਾ ਪ੍ਰੋ ਜਾਂ ਬਹੁਤ ਜ਼ਿਆਦਾ ਫੇਵਰ ਦੇ ਵਿੱਚ ਨਹੀਂ ਰਹੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਲਈ ਇਸ ਲਈ BC ਚ ਕੋਈ ਖਾਸ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਿਸੇ ਕਮਿਊਨਿਟੀ ਕਾਲਜ ਨੇ ਤਾਂ ਚਲੋ ਕੀਤੀ ਨਹੀਂ ਅਜ ਤੱਕ ਕੁਝ ਪਾਇਟ ਪਾਰਟਨਰਸ਼ਿਪਸ ਉਥੇ ਚੱਲ ਰਹੀਆਂ ਸੀ ਜਿਹੜੀਆਂ BC ਗਵਰਨਮੈਂਟ ਨੂੰ ਐਕਚੁਅਲੀ ਚ ਪਸੰਦ ਨਹੀਂ ਸੀ ਜਿਵੇਂ ਹੈਨਸਨ ਦਾ ਕੈਂਬਰੀਅਨ ਕਾਲਜ ਦੇ ਨਾਲ ਇੱਕ ਪਾਰਟਨਰਸ਼ਿਪ ਜਿਹੜੀ ਸਭ ਤੋਂ ਪੁਰਾਣੀ ਉਥੇ ਚੱਲ ਰਹੀ ਸੀ ਸੋ ਪਰਸੋ ਜਿਹੜੀ ਨੋਟੀਫਿਕੇਸ਼ਨ BC ਗਵਰਨਮੈਂਟ ਨੇ ਜਾਰੀ ਕੀਤੀ ਹੈ ਉਸ ਨੋਟੀਫਿਕੇਸ਼ਨ ਦੇ ਤਹਿਤ ਉਹਨਾਂ ਨੇ ਬੜਾ ਕਲੀਅਰ ਕੱਟ ਕਰਤਾ ਕਿ ਕੋਈ ਵੀ ਕਾਲਜ ਜਿਹੜਾ ਆਊਟ ਆਫ ਪ੍ਰੋਵਿੰਸ ਮਤਲਬ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਦਾ ਜਿਹੜਾ ਕੋਈ ਵੀ ਕਾਲਜ ਹੈ ਉਹ ਬ੍ਰਿਟਿਸ਼ ਕੋਲੰਬੀਆ ਦੇ ਅੰਦਰ ਦੇ ਕਿਸੇ ਵੀ ਪ੍ਰਾਈਵੇਟ ਕਾਲਜ ਦੇ ਨਾਲ ਇਸ ਤਰੀਕੇ ਦੀ ਕੋਈ ਪਾਰਟਨਰਸ਼ਿਪ ਨਹੀਂ ਕਰ ਸਕੂਗਾ ਸੋ ਉਹਦਾ ਕਰਕਸ ਇਹ ਹੈ ਕਿ ਜੇ ਤੁਸੀਂ ਇੱਕ ਪਬਲਿਕ ਕਾਲਜ ਮੰਨ ਲਓ ਅਨਟੈਰੀਓ ਦੇ ਵਿੱਚ ਐਲਬਰਟਾ ਦੇ ਵਿੱਚੋਂ ਪਬਲਿਕ ਕਾਲਜ ਕੋਈ ਪਾਰਟਿਕੂਲਰ ਕੋਰਸੇਸ ਕਰਾ ਰਿਹਾ ਆਪਣੇ ਕੋਲ ਉਹ ਕੋਰਸੇਸ ਉਹ ਕਿਸੇ ਪ੍ਰਾਈਵੇਟ ਕਾਲਜ ਨੂੰ ਉੱਥੋਂ ਕਰਾਉਣ ਦੀ ਪਰਮਿਸ਼ਨ ਨਹੀਂ ਦੇਵੇਗਾ ਔਰ ਜੇ ਕੋਈ ਕਾਲਜ ਪ੍ਰਾਈਵੇਟ ਕਾਲਜ BC ਦੇ ਵਿੱਚ ਬੈਠ ਕੇ ਐਡਮਿਸ਼ਨਸ ਲੈ ਰਿਹਾ ਔਰ ਸਟੂਡੈਂਟਸ ਨੂੰ ਡਿਗਰੀ ਕਿਸੇ ਪਬਲਿਕ ਕਾਲਜ ਤੋਂ ਮਿਲਦੀ ਹੈ ਉਹ ਐਡਮਿਸ਼ਨਸ ਟੋਟਲੀ ਬੰਦ ਹੋ ਜਾਣਗੀਆਂ ਕਾਲਜੇਜ਼ ਨੂੰ ਇਹਦੇ ਨੋਟਿਸ ਚਲੇ ਗਏ ਆ ਔਰ ਜੂਨ ਤੱਕ ਦਾ ਟਾਈਮ ਜਿਹੜਾ ਕਾਲਜੇਜ਼ ਨੂੰ ਦਿੱਤਾ ਗਿਆ ਜਿਹੜੇ ਪੁਰਾਣੇ ਸਟੂਡੈਂਟਸ ਇਹਨਾਂ ਪਾਰਟਨਰਸ਼ਿਪਸ ਦੇ ਤਹਿਤ ਪੜ ਰਹੇ ਨੇ ਉਹਨਾਂ ਦੀ ਪੜ੍ਹਾਈ ਉਸੇ ਤਰੀਕੇ ਦੇ ਨਾਲ ਕੰਟੀਨਿਊ ਰਹੂਗੀ ਉਹ ਕੰਟੀਨਿਊ ਕਰਨਗੇ ਉਹਨਾਂ ਦੀ ਪੜ੍ਹਾਈ ਕਰਾਈ ਜਾਏਗੀ ਦੇ ਵਿਲ ਬੀ ਗ੍ਰੈਜੂਏਟਡ ਬਟ ਨਮੀਆਂ ਐਡਮਿਸ਼ਨਸ ਲਈ ਬਿਲਕੁਲ ਕਲੀਅਰ ਕੱਟ ਬਣਾ ਕਰ ਦਿੱਤਾ ਗਿਆ BC ਗਵਰਨਮੈਂਟ ਵੱਲੋਂ ਸੋ ਕੋਈ ਵੀ ਜੇ ਤੁਸੀਂ ਐਡਮਿਸ਼ਨ ਕਿਸੇ ਵੀ ਤਰੀਕੇ ਦੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ BC ਦੇ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਦਾਖਲਾ ਲੈਣ ਬਾਰੇ ਸੋਚ ਰਹੇ ਹੋ ਜਾਂ ਆਲਰੇਡੀ ਉਸ ਪਾਸੇ ਤੁਰ ਪਏ ਹੋ ਸੋ ਪਲੀਜ਼ ਰੀਕਨਸਿਡਰ ਦਿਸ ਕੱਲ ਨੂੰ ਵਰਕ ਪਰਮਿਟ ਦੇ ਵਿੱਚ ਬਹੁਤ ਪ੍ਰੋਬਲਮ ਆਣੀ ਹੈ ਕੈਂਬਰੀਅਨ ਹੈਨਸਨ ਪਿਛਲੇ 6 ਮਹੀਨੇ ਸਾਲ ਤੋਂ ਜਿਹੜੀਆਂ ਸਟੂਡੈਂਟਸ ਨੇ ਵਰਕ ਪਰਮਿਟ ਦੀਆਂ PGWP ਦੀਆਂ ਆਪਣੀਆਂ ਫਾਈਲਾਂ ਲਾਈਆਂ ਸੀਗੀਆਂ ਜਿੰਨਾ ਕੁ ਮੈਨੂੰ ਪਤਾ ਲੱਗਾ ਮੈਂ ਕੁਝ ਸਟੂਡੈਂਟਸ ਨੂੰ ਮਿਲਿਆ ਵੀ ਹੈ ਕਿ ਉਹਨਾਂ ਦੇ ਤੜਾ ਤੜ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜੇ ਉਹ ਰਿਫਿਊਜ਼ ਕੀਤੇ ਜਾ ਰਹੇ ਨੇ ਸੋ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਦੀ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਹੈਗੀ ਹੈ ਉਹ ਇਹ ਕਹਿ ਕੇ ਰਿਫਿਊਜ਼ ਕੀਤੀ ਜਾ ਰਹੀ ਹੈ ਕਿ ਤੁਸੀਂ ਐਲੀਜੀਬਲ ਨਹੀਂ ਹੋ ਕਿਉਂਕਿ ਤੁਸੀਂ ਹੈਂਸਨ ਕਾਲਜ ਤੋਂ ਪੜ੍ਹੇ ਹੋ ਨਾ ਕਿ ਕੈਂਬਰੀਅਨ ਤੋਂ ਪੜ੍ਹੇ ਸੋ ਇਦਾਂ ਦੇ ਇੰਸਟੈਂਸਸ ਅੱਗੋਂ ਵੀ ਤੁਹਾਡੇ ਨਾਲ ਵੀ ਹੋ ਸਕਦੇ ਆ ਜੇ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਸੇ ਵੀ ਤਰੀਕੇ ਦੀ ਇਸ ਇਹ ਤਰ੍ਹਾਂ ਦੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਕਾਲਜ ਦੇ ਵਿੱਚ ਦਾਖਲਾ ਲੈਣਾ ਲੈਣਿਓ ਸੋ ਬੈਸਟ ਆਪਸ਼ਨ ਇਜ਼ ਆਈਦਰ ਗੋ ਟੂ ਅ ਪਬਲਿਕ ਕਾਲਜ ਜਿਹਦੇ ਵਿੱਚ ਡਾਇਰੈਕਟਲੀ ਤੁਸੀਂ ਉਸ ਪਬਲਿਕ ਕਾਲਜ ਦੇ ਕੈਂਪਸ ਦੇ ਵਿੱਚ ਪੜ੍ਹਦੇ ਹੋ ਥੈਟ ਇਜ਼ ਅ ਗੁੱਡ ਆਪਸ਼ਨ ਕਿਉਂਕਿ ਉਹਦੇ ਵਿੱਚ ਪੀਜੀਡਬਲਯੂਪੀ ਦੀ ਪ੍ਰੋਬਲਮ ਨਹੀਂ ਆਊਗੀ ਗੋ ਟੂ ਅ ਯੂਨੀਵਰਸਿਟੀ ਔਰ ਗੋ ਟੂ ਅ ਪ੍ਰੋਵੈਂਸ ਵਿਚ ਇਜ਼ ਕਿਊਬੈਕ ਉਹਦੇ ਵਿੱਚ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਜਾਂਦੇ ਹੋ ਉਹ ਉਹਦੇ ਵਿੱਚ ਵੀ ਤੁਹਾਨੂੰ PGWP ਦੀ ਪ੍ਰੋਬਲਮ ਨਹੀਂ ਆਉਗੀ ਸੋ ਕੋਈ ਵੀ ਇਸ ਤਰੀਕੇ ਦੀ ਪਾਰਟਨਰਸ਼ਿਪ ਦੇ ਤਾਇਰ ਜੇ ਕਿਸੇ ਕਾਲਜ ਦੇ ਵਿੱਚ ਤੁਸੀਂ ਜਾ ਰਹੇ ਹੋ ਉਹਦੇ ਵਿੱਚ ਪਬਲਿਕ ਕਾਲਜ ਔਰ ਪ੍ਰਾਈਵੇਟ ਕਾਲਜ ਜੇ 온ਟਾਰੀਓ ਚ ਹੈ ਦੈਨ ਓਨਲੀ ਗੋ ਹੈਡ ਵਿਦ ਇਟ ਸੋ ਇਸ ਚੀਜ਼ ਦਾ ਖਿਆਲ ਰੱਖਿਓ ਕਿਉਂਕਿ ਕੱਲ ਨੂੰ ਫੇਰ 2 ਸਾਲ ਦੀ ਪੜਾਈ ਕਰਨ ਤੋਂ ਬਾਅਦ ਜੇ ਬਾਅਦ ਚ ਵਰਕ ਪਰਮਿਟ ਰਿਫਿਊਜ਼ ਹੀ ਹੋਣਾ ਤਾਂ ਉਹਦੇ ਵਿੱਚ ਫੇਰ ਤੁਸੀਂ ਆਪਣੇ ਏਜੰਟ ਦਾ ਕਸੂਰ ਕੱਢਣਾ ਹੈ ਜਾਂ ਕਾਲਜ ਦਾ ਕਸੂਰ ਕੱਢਣਾ ਹੈ ਸੋ ਅੱਜ ਸ਼ਾਇਦ ਇਸ ਬਾਰੇ ਤੁਹਾਨੂੰ ਜਾਣੂ ਹੋਣ ਦੀ ਲੋੜ ਹੈ ਕਿ ਕੀ ਤੁਸੀਂ ਜਿਹੜੀ ਆਪਣੀ ਐਡਮਿਸ਼ਨ ਕਰਾ ਰਹੇ ਹੋ ਕੀ ਉਹ ਇੱਕ ਜੈਨੂਇਨ ਪੀਜੀਡਬਲੂਪੀ ਜਿੱਥੋਂ ਤੁਹਾਨੂੰ ਮਿਲੂਗਾ ਉਸ ਕਾਲਜ ਦੇ ਵਿੱਚ ਹੈ ਜਾਂ ਜਸਟ ਅੱਗੇ ਜਾ ਕੇ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ ਸੋ ਇਹਨਾਂ ਚੀਜ਼ਾਂ ਦਾ ਖਿਆਲ ਜ਼ਰੂਰ ਰੱਖਿਓ ਸੈਕੰਡਲੀ ਜਿਹੜੀ ਚੀਜ਼ ਹੈ ਨੰਬਰਸ ਇੱਕ ਰੀਲੀਜ਼ ਹੋਇਆ ਰੈਗੂਲਰ ਬੇਸਿਸ ਤੇ ਹਰ ਇਮੀਗ੍ਰੇਸ਼ਨ ਜਾਂ ਹਰ ਕੰਟਰੀ ਡਾਟਾ ਰੀਲੀਜ਼ ਕਰਦੀ ਹੈ ਸੋ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਵੀ ਨੰਬਰਸ ਰਿਲੀਜ਼ ਹੋਏ ਹੈ ਕਿ ਪਿਛਲੇ ਸਾਲ ਦੇ ਜਿਹੜੇ ਇਹਨਾਂ ਦੇ ਸਟੂਡੈਂਟ ਵੀਜ਼ਾ ਗ੍ਰਾਂਟ ਹੈਗੇ ਆ ਉਹ ਕਿੱਥੇ ਤੱਕ ਪਹੁੰਚ ਗਏ ਜੇ ਤੁਸੀਂ ਉਹ ਨੰਬਰਸ ਦੇਖੋ ਸਟੂਡੈਂਟ ਵੀਜ਼ਾਸ ਇਨ 2021 ਦੇ ਹੈਵ ਬ੍ਰੋਕਨ 올 ਰਿਕਾਰਡਸ ਮੋਰ ਦੈਨ 2 ਲੱਖ ਦੇ ਆਸ-ਪਾਸ ਜਿਹੜੇ ਸਟੂਡੈਂਟ ਵੀਜ਼ਾ ਨੇ ਇੰਡੀਆ ਤੋਂ ਗ੍ਰਾਂਟ ਹੋਇਆ which is which is a record yes as compared to any other year ਕਿ ਕਿਸੇ ਵੀ ਸਾਲ ਦੇ ਵਿੱਚ ਪ੍ਰੀ ਕੋਵਿਡ ਟਾਈਮਸ ਦੇ ਵਿੱਚ ਵੀ 2019 ਜਾਂ 2018 ਦੇ ਵਿੱਚ ਵੀ ਇੰਨੇ ਸਟੂਡੈਂਟ ਵੀਜ਼ਾਸ ਜਿਹੜੇ ਕੈਨੇਡਾ ਦੇ ਉਹ ਗ੍ਰਾਂਟ ਨਹੀਂ ਹੋਏ ਸੋ that means اور ਪਿਛਲੇ 6-8 ਮਹੀਨੇ ਤੋਂ ਤੁਸੀਂ ਸਾਰੇ ਦੇਖ ਰਹੇ ਹੋ ਕਿ ਜੇ ਤੁਹਾਡੇ ਇੱਕ ਮੋਡੀਊਲ 'ਚ 5.5 ਬੈਂਡ ਸੀਗੇ ਜਾਂ ਓਵਰਆਲ 6 ਬੈਂਡ ਸੀ ਔਰ 6 ਇਚ ਨਹੀਂ ਸੀ ਤਾਂ ਉਹਦੇ ਵਿੱਚ ਜਿਹੜਾ ਰਿਫਿਊਜ਼ਲ ਰੇਟ ਹੈ ਉਹ অলਮੋਸਟ 100% ਦੇ ਲਾਗੇ ਛਾਗੇ ਪਹੁੰਚ ਆਇਆ ਸੋ ਇੱਕ ਚ ਸਾਢੇ ਪੰਜ ਬੈਂਡ ਵਾਲੇ ਦੇ ਰਿਫਿਊਜ਼ਲ ਹੈ ਓਵਰ ਆਲ 6 ਔਰ ਇੱਕ ਮੋਡਿਊਲ ਜਾਂ ਦੋ ਮੋਡਿਊਲ ਚੋਂ 6 ਤੋਂ ਘੱਟ ਹੈ ਉਹਨਾਂ ਦੀ 100% ਰਿਫਿਊਜ਼ਲ ਹੈ ਉਹਦੇ باوجود ਜਿਹੜੀ ਕੈਨੇਡੀਅਨ ਐਮਬੈਸੀ ਹੈ ਜਾਂ ਕੈਨੇਡੀਅਨ ਇਮੀਗ੍ਰੇਸ਼ਨ ਹੈ ਉਹਦੇ ਇੰਡੀਆ ਤੋਂ ਜਿਹੜੇ ਨੰਬਰਸ ਹੈਗੇ ਆਈ ਥਿੰਕ ਇਫ ਆਈ ਰਿਮੈਂਬਰ ਕਰੈਕਟਲੀ 21% ਉਹਦੇ ਵਿੱਚ ਇਜਾਫਾ ਹੋਇਆ 2020 ਤੋਂ ਲੈ ਕੇ 2021 ਦੇ ਵਿੱਚ ਕਿ ਚਾਈਨਾ ਦੇ ਨੰਬਰ ਜਿਹੜੇ ਹੈਗੇ ਆ ਉਹ ਬੁਰੀ ਤਰ੍ਹਾਂ ਡ੍ਰੌਪ ਹੋਇਆ बिकॉज ਅ ਲੋਟ ਆਫ ਸਟੂਡੈਂਟਸ ਫਰਮ ਚਾਈਨਾ ਦੇ ਦੇ ਹੈਵ ਨਾਟ ਅਪਲਾਈਡ ਯਾ ਨੰਬਰਸ ਉਹਨਾਂ ਦੇ ਘਟੇ ਆ ਸੋ ਟੋਟਲ ਨੰਬਰ ਜਿਹੜਾ ਹੈਗਾ ਵਾ ਇੰਡੀਆ ਦਾ ਚੰਗੇ ਖਾਸੇ ਵੀਜ਼ੇ ਕੈਨੇਡਾ ਨੇ ਦਿੱਤੇ ਔਰ ਇਸ ਸਾਲ ਵੀ ਜਿਹੜਾ ਉਹਨਾਂ ਦਾ ਐਕਸਪੈਕਟਿਡ ਟਾਰਗੇਟ ਹੈਗਾ ਜਿਹੜਾ ਉਹਨਾਂ ਦਾ ਡਾਟਾ ਜਿਹੜਾ ਉਹ ਅਚੀਵ ਕਰਨਾ ਚਾਹੁੰਦੇ ਆ ਉਹ ਪਿਛਲੇ ਸਾਲ ਨਾਲੋਂ ਵੀ 10 ਤੋਂ 15% ਦੇ ਇਨਕਰੀਜ਼ ਦੇ ਨਾਲ ਉਹ ਜਿਹੜੇ ਵੀਜ਼ਾਸ ਹੈਗੇ ਆ ਸਟੂਡੈਂਟ ਵੀਜ਼ਾਸ ਦੇਣ ਦੇ ਬਾਰੇ ਗੱਲ ਕਰ ਰਹੇ ਆ ਇਹਦਾ ਸਿੰਪਲ ਜਿਆ ਰੀਜ਼ਨ ਕੀ ਹੈਗਾ ਲਾਸਟ ਟਾਈਮ ਵੀ ਜਦ ਦੇ ਬਾਰੇ ਗੱਲ ਕਰ ਰਹੇ ਸੀਗੇ ਕਿ ਲੇਬਰ ਸ਼ਾਰਟੇਜ ਬਹੁਤ ਜ਼ਿਆਦਾ ਹੈ ਇੱਥੇ ਅੱਜ ਦੀ ਜੇ ਗੱਲ ਕਰ ਲਾਂ ਕਿਸੇ ਰੈਸਟੋਰੈਂਟ ਦੇ ਵਿੱਚ ਗਏ ਉੱਥੇ ਡਿਨਰ ਕਰਦੇ ਹੋਏ ਰੈਸਟੋਰੈਂਟ ਦਾ ਜਿਹੜਾ ਓਨਰ ਸੀਗਾ ਉਹਦੇ ਨਾਲ ਗੱਲਾਂ ਗੁੱਲਾਂ ਹੋਣ ਲੱਗੀਆਂ ਤੇ ਹੀ ਵਾਸ ਲਾਈਕ ਕਿ ਭਾਜੀ ਮੈਨੂੰ ਵਰਕਰ ਮੰਗਾ ਦੋ ਮੈਨੂੰ ਇੰਡੀਆ ਤੋਂ ਮੰਗਾ ਦੋ ਮੈਨੂੰ ਦੁਬਈ ਤੋਂ ਮੰਗਾ ਦੋ ਮੈਨੂੰ ਕਿਸੇ ਕੰਟਰੀ ਤੋਂ ਮੰਗਾ ਦੋ ਮੈਨੂੰ ਕੁੱਕ ਚਾਹੀਦੇ ਆ ਮੈਨੂੰ ਹੋਰ ਪੋਜੀਸ਼ਨਸ ਲਈ ਬੰਦੇ ਚਾਹੀਦੇ ਸੋ ਕਿੰਨਾ ਸਾਰਾ ਇੱਥੇ ਲੇਬਰ ਦੀ ਇੰਨੀ ਕਿ ਜ਼ਿਆਦਾ ਸ਼ਾਰਟੇਜ ਹੈ ਕਿ ਕਿਸੇ ਬਿਜ਼ਨਸ ਦੇ ਵਿੱਚ ਹਰ ਏਮਪਲੋਇਰ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਲੈਵਲ ਤੇ ਚਾਹੀਏ ਹੋ ਬੁੱਕ ਕੀਪਰਸ ਨੇ ਚਾਹੀਏ ਆਫਿਸ ਐਡਮਿਨ ਦਾ ਸਟਾਫ ਹੈਗਾ ਵਾ ਜਾਂ ਕੁਝ ਚੰਗੀਆਂ ਚੰਗੀਆਂ ਪੋਜੀਸ਼ਨਸ ਡਾਇਰੈਕਟਰ ਐਂਡ ਮੈਨੇਜਰ ਲੈਵਲ ਤੇ ਵੀ ਲੋਕਾਂ ਨੂੰ ਇੱਥੇ EMPLOYEES ਦੀ ਜਾਂ ਚੰਗੇ ਬੰਦਿਆਂ ਦੀ ਕੰਮ ਕਰਨ ਦੀ ਲੋੜ ਹੈ ਜਿਹਦੇ ਕਰਕੇ ਕੈਨੇਡੀਅਨ ਇਮੀਗ੍ਰੇਸ਼ਨ ਨੇ ਆਪਣਾ ਇਮੀਗ੍ਰੇਸ਼ਨ ਦਾ ਟਾਰਗੇਟ ਵਧਾਇਆ ਹੀ ਹੈ ਕਿ ਅਸੀਂ 4 ਲੱਖ ਕੁਝ ਹਜ਼ਾਰ ਜਿਹੜੇ ਬੱਚੇ ਹੈਗੇ ਆ 4.5 ਲੱਖ ਬੱਚਾ ਬੰਦਾ ਲੈ ਕੇ ਆਣਾ ਐਜ਼ ਐਨ ਰੈਜ਼ੀਡੈਂਟ ਐਜ਼ ਅ ਪਰਮਨੈਂਟ ਰੈਜ਼ੀਡੈਂਟ ਇਸ ਕੰਟਰੀ ਦੇ ਵਿੱਚ ਬਟ ਐਟ ਦਾ ਸੇਮ ਟਾਈਮ ਸਟੂਡੈਂਟ ਵੀਜ਼ਾ ਦੇ ਨੰਬਰਸ ਵੀ ਪਿਛਲੇ ਸਾਲ ਨਾਲੋਂ ਈਅਰ ਔਨ ਈਅਰ ਨੰਬਰਸ ਜਿਹਨੂੰ ਆਪਾਂ ਕਹਿੰਨੇ ਆ ਪਿਛਲੇ ਸਾਲ ਨਾਲੋਂ 10 ਤੋਂ 15% ਦੀ ਇਨਕਰੀਸ ਦੇ ਨਾਲ ਉਹ ਸਟੂਡੈਂਟ ਵੀਜ਼ਾ ਲੈ ਕੇ ਆਣੇ ਆ। ਸੋ బిਗੇਸਟ ਇਨਟੇਕ ਇਸ ਕਮਿੰਗ ਮਈ ਦੇ ਵਿੱਚ ਤੇ ਚਲੋ ਜਿਹੜਾ ਇਨਟੇਕ ਹੈਗਾ ਵੀ ਆਰ ਵੈਰੀ ਕਲੋਸ ਟੂ ਮਈ ਸੈਪਟੈਂਬਰ ਵਿਚ ਇਜ਼ ਦਾ బిਗੇਸਟ ਇਨਟੇਕ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਆਈ ਥਿੰਕ ਥਿਸ ਇਜ਼ ਦਾ ਰਾਈਟ ਟਾਈਮ ਡੂ ਨਾਟ ਵੇਟ ਕਿਉਂਕਿ ਕੱਲ ਨੂੰ ਫੇਰ ਕਾਲਜਾਂ ਦੇ ਵਿੱਚ ਸੀਟਾਂ ਨਹੀਂ ਬਚਦੀਆਂ ਕੱਲ ਨੂੰ ਤੁਸੀਂ ਕਹਿੰਦੇ ਹੋ ਕਿ ਮੈਨੂੰ ਆਹ ਵਾਲਾ ਪ੍ਰੋਗਰਾਮ ਚਾਹੀਦਾ ਉਹ ਪ੍ਰੋਗਰਾਮ ਨਹੀਂ ਮਿਲਦਾ ਜਾਂ ਇੱਕ ਪਾਰਟਿਕੂਲਰ ਸ਼ਹਿਰ ਇੱਕ ਪਾਰਟਿਕੂਲਰ ਪ੍ਰੋਵਿੰਸ ਦੀ ਬਾਰੇ ਤੁਸੀਂ ਗੱਲ ਕਰਦੇ ਹੋ ਉਹਦੇ ਵਿੱਚ ਉਹ ਸੀਟਾਂ ਖਤਮ ਹੋ ਚੁੱਕੀਆਂ ਹੁੰਦੀਆਂ ਜਿਹਦੇ ਕਰਕੇ ਫਿਰ ਤੁਹਾਨੂੰ ਕਿਤੇ ਨਾ ਕਿਤੇ ਇਦਾਂ ਦੇ ਤਰੀਕੇ ਦੇ ਨਾਲ ਅਪਲਾਈ ਕਰਨਾ ਪੈਂਦਾ ਕਿ ਜਿਹੜਾ ਕਾਲਜ ਤੁਹਾਡੀ ਪਸੰਦ ਦਾ ਨਹੀਂ ਹੁੰਦਾ ਜਾਂ ਜਿਹੜੇ ਪ੍ਰੋਵਿੰਸ ਦੇ ਵਿੱਚ ਤੁਸੀਂ ਜਾ ਕੇ ਨਹੀਂ ਰਹਿਣਾ ਚਾਹੁੰਦੇ ਫਿਰ ਤੁਸੀਂ ਚੇਂਜ ਕਰਦੇ ਹੋ ਕਿ ਯਾਰ ਮੈਂ ਕਿਤੇ ਹੋਰ ਜਾਣਾ ਚਾਹਨਾ ਮੈਂ ਸਰੀ ਨਹੀਂ ਆਣਾ ਸੀਗਾ ਮੈਂ ਬ੍ਰੈਂਪਟਨ ਜਾਣਾ ਸੀ ਜਾਂ ਮੈਂ ਬ੍ਰੈਂਪਟਨ ਨਹੀਂ ਜਾਣਾ ਸੀਗਾ ਮੈਂ ਵਿਨੀਪੈਗ ਜਾਣਾ ਸੀ ਸੋ ਜੇ ਪਹਿਲਾਂ ਹੀ ਤੁਸੀਂ ਇਸ ਚੀਜ਼ ਨੂੰ ਦੇਖ ਕੇ ਔਰ ਟਾਈਮਲੀ ਅਪਲਾਈ ਕਰ ਦੋ ਤਾਂ ਦੈਨ ਚਾਂਸਸ ਆਰ ਕਿ ਤੁਹਾਨੂੰ ਜਿਹੜਾ ਆਪਣਾ ਮਨਪਸੰਦ ਸ਼ੈਅਰ ਜਾਂ ਔਰ ਮਨਪਸੰਦ ਪ੍ਰੋਗਰਾਮ ਦੇ ਵਿੱਚ ਦਾਖਲਾ ਮਿਲੇਗਾ ਸੋ ਨੰਬਰਸ ਦੀ ਗੱਲ ਕਰਦੇ ਸੀਗੇ ਸੇਮ ਡਾਟਾ ਯੂਐਸ ਗਵਰਨਮੈਂਟ ਨੇ ਵੀ ਰਿਲੀਜ਼ ਕੀਤਾ ਯੂਐਸ ਜਿਹੜੀ ਦਿੱਲੀ ਦੇ ਵਿੱਚ ਹਾਈ ਕਮਿਸ਼ਨ ਹੈਗੀ ਹੈ ਉੱਥੋਂ ਦੀ ਵਨ ਆਫ ਵਨ ਆਫ ਦੀ ਪਰਸਨਸ ਫਰਮ देयर ਹੀ ਇਜ਼ ਹੀ ਵਾਸ ਹੀ ਡਿਡ ਅ ਪ੍ਰੈਸ ਕਾਨਫਰੈਂਸ ਜਿੱਚ ਯੂ ਐਸ ਐਮਬੈਸੀ ਨੇ ਵੀ ਦੱਸਿਆ ਕਿ ਪਿਛਲੇ ਸਾਲ ਥੈਟ ਇਜ਼ 2021 ਦੇ ਵਿੱਚ 62000 ਵੀਜ਼ਾ ਯੂ ਐਸ ਐਮਬੈਸੀ ਨੇ ਵੀ ਇੰਡੀਅਨ ਸਟੂਡੈਂਟਸ ਨੂੰ ਦਿੱਤਾ which is a record number ਕਿ ਅੱਜ ਤੱਕ ਯੂ ਐਸ ਐਮਬੈਸੀ ਨੇ 62000 ਜਿਹੜਾ ਵੀਜ਼ਾ ਦਿੱਤਾ ਹੈਗਾ ਉਹ ਬਹੁਤ سارے ਸਟੂਡੈਂਟਸ ਨੂੰ ਮਤਲਬ ਜਿਹੜੇ US ਜਾ ਕੇ ਪੜਾਈ ਕਰਨਾ ਚਾਹੁੰਦੇ ਸੀਗੇ ਅੱਜ ਤੱਕ ਇੰਦਾ ਦੇ ਨੰਬਰ ਨਹੀਂ ਦਿੱਤੇ ਕੋਵਿਡ ਤੋਂ ਪਹਿਲਾਂ ਵੀ ਕੋਵਿਡ ਤੋਂ ਬਾਅਦ ਵੀ ਸੋ ਉਹ ਵੀ ਇੱਕ ਇਨਕਰੀਸ ਵੱਲ ਨੇ ਔਰ ਨਵੇਂ ਸੌਫਟਵੇਅਰ ਉਹਦੇ ਵਿੱਚ ਉਹਨਾਂ ਨੇ ਇਹ ਵੀ ਐਡਰੈਸ ਕੀਤਾ ਕਿ ਸਾਨੂੰ ਪਤਾ ਹੈ ਪ੍ਰੋਬਲਮ ਕਿੱਥੇ ਆ ਰਹੀ ਹੈ ਸਟੂਡੈਂਟਸ ਨੂੰ ਅਪਾਇੰਟਮੈਂਟਸ ਦੀ ਪ੍ਰੋਬਲਮ ਆ ਰਹੀ ਹੈ ਸੋ ਅਪਾਇੰਟਮੈਂਟਾਂ ਜਿਹੜੀਆਂ ਹੈਗੀਆਂ ਵੈ ਨਾਨ ਸਟੂਡੈਂਟ ਜਾਂ ਨਾਨ ਏਜੰਟ ਲੈਵਲ ਦੇ ਜਿਹੜੇ ਲੋਕ ਨੇ ਉਹ ਕਿਸੇ ਨਾ ਕਿਸੇ ਤਰੀਕੇ ਕੰਪਿਊਟਰ ਤੇ ਰਾਹੀਂ ਕੋਈ ਸਿਸਟਮ ਲਾ ਕੇ ਅਪਾਇੰਟਮੈਂਟਾਂ ਚੁੱਕ ਲੈਂਦੇ ਨੇ ਜਦੋਂ ਕਿ ਇੱਕ ਜੈਨੂਇਨ ਸਟੂਡੈਂਟ ਹੈ ਜਿਹੜਾ ਉਹਨੂੰ ਪ੍ਰੋਬਲਮ ਹੁੰਦੀ ਹੈ ਸੋ ਯੂਐਸ ਐਮਬੈਸੀ ਨੂੰ ਇਸ ਬਾਰੇ ਇਨਫੋਰਮੇਸ਼ਨ ਹੈਗੀ ਹੈ ਦੇ ਨੋ ਦੈਟ ਸਮਥਿੰਗ ਲਾਈਕ ਥਿਸ ਇਸ ਹੈਪਨਿੰਗ ਔਰ ਉਹਨਾਂ ਨੇ ਕੁਝ ਨਵਾਂ ਸੌਫਟਵੇਅਰ ਇੰਸਟਾਲ ਕੀਤਾ ਜਿਹਦੇ ਵਿੱਚ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਇੱਕ ਜੈਨੂਇਨ ਸਟੂਡੈਂਟ ਜਿਹੜਾ ਆਪ ਇੰਟਰਵਿਊ ਦੇ ਕੇ ਉੱਥੇ ਪੜ੍ਹਾਈ ਕਰਨਾ ਚਾਹੁੰਦਾ ਉਹਨੂੰ ਉਹ ਅਪਾਇੰਟਮੈਂਟ ਦੇ ਬਾਰੇ ਟਾਈਮਲੀ ਉਹ ਅਪਾਇੰਟਮੈਂਟ ਮਿਲੇ ਔਰ ਆਪਣਾ ਜਿਹੜਾ ਇੰਟਰਵਿਊ ਦੇ ਕੇ ਵੀਜ਼ਾ ਲੈ ਸਕੇ ਸੋ ਉਹਨਾਂ ਲਈ ਵੀ ਸਪਟੰਬਰ ਇ ਇੱਕ दैट इज देयर आल्सो బిਗੇਸਟ ਇੰਟੈਕਸ ਜੇ ਤੁਸੀਂ ਯੂਐਸ ਜਾ ਕੇ ਵੀ ਪੜਾਈ ਕਰਨਾ ਚਾਹੁੰਦੇ ਹੋ ਯੂਐਸ ਦੇ ਕਿੰਨੇ ਇੱਕ ਵੀਜ਼ਾਸ ਅਸੀਂ ਲਏ ਆਏ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਦੇਖ ਸਕਦੇ ਹੋ ਆਈ ਥਿੰਕ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵੀਜ਼ਾ ਲਗਵਾਉਣ ਵਾਲੀ ਜਿਹੜੀ ਜੇ ਮੈਂ ਗੱਲ ਕਵਾਂ ਤੇ ਕਿਤੇ ਨਾ ਕਿਤੇ ਉਹ ਸਹੀ ਹੋਊਗੀ ਕਿ ਜਿੰਨੇ ਇੱਕ ਵੀਜ਼ਾਸ ਹੋਮ ਗਲੋਬਲ ਦੀ ਟੀਮ ਨੇ ਜਾਂ ਆਪਾਂ ਲੈ ਆ ਉਹ ਉਹਨੇ ਵੀਜ਼ਾ ਸ਼ਾਇਦ ਤੁਹਾਨੂੰ ਕਿਸੇ ਦੇ ਵੀ ਸੋਸ਼ਲ ਮੀਡੀਆ ਪੇजेस ਦੇ ਉੱਤੇ ਨਹੀਂ ਦਿਖਣਗੇ ਬਟ ਦਿਸ ਇਜ਼ ਦਾ ਟਾਈਮ ਕਿਉਂਕਿ I20 ਮੰਗਾਨ ਨੂੰ ਉਸ ਤੋਂ ਬਾਅਦ ਤੁਹਾਡੀ ਸਰਵਿਸ ਐਂਡ ਜਿਹੜੀ ਅਪਾਇੰਟਮੈਂਟ ਵੀ ਹੈਗੀ ਆ ਉਹਦੇ ਵਿੱਚ ਵੀ ਮਹੀਨਾ ਮਹੀਨਾ ਜੇ ਲੱਗ ਰਿਹਾ ਤੇ ਉਹਦੇ ਅਕੋਰਡਿੰਗਲੀ ਵੀ ਜੇ ਤੁਸੀਂ ਟਾਈਮਲੀ ਅੱਜ ਅਪਲਾਈ ਕਰ ਦੋਗੇ ਤੇ ਤੁਹਾਡੀ I20 ਵੀ ਆਜੂਗੀ ਔਰ ਤੁਸੀਂ ਇੰਟਰਵਿਊ ਦੇ ਕੇ ਫਾਲ ਇਨ ਟੈਕ ਯੂ ایس ਜਾ ਕੇ ਵੀ ਪੜਾਈ ਕਰ ਸਕਦਾ ਸੋ ਨਾਰਥ ਅਮਰੀਕਾ ਦੇ ਬਾਰੇ ਅਸੀਂ 베ਜਰਲੀ ਗੱਲ ਕਰ ਰਹੇ ਸੀਗੇ बिकॉज ਮੈਂ ਤੁਹਾਨੂੰ ਦੱਸਿਆ ਕਿ ਮੈਂ ਕੰਰੈਂਟਲੀ ਕੈਨੇਡਾ ਦੇ ਵਿੱਚ ਹੈਗਾ ਬਹੁਤ ਸਾਰੇ ਕਾਲਜਸ ਦੇ ਨਾਲ ਜਾਂ ਹੋਰ ਪ੍ਰੋਜੈਕਟਸ ਦੇ ਉੱਤੇ ਵੀ ਇੱਥੇ ਜਿਹੜਾ ਮੈਂ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਸਟੂਡੈਂਟਸ ਨੂੰ ਬੈਸਟ ਜਿਹੜੀ ਪ੍ਰੋਡਕਟਸ ਜਾਂ ਬੈਸਟ ਇਨਫੋਰਮੇਸ਼ਨ ਜਾਂ ਉਸ ਤਰੀਕੇ ਦੇ ਕਾਲਜਸ ਯੂਨੀਵਰਸਿਟੀਆਂ 'ਚ ਭੇਜਿਆ ਜਾਏ ਜਿਸ ਦੇ ਵਿੱਚ ਜਾ ਕੇ ਕੱਲ ਨੂੰ ਤੁਹਾਡਾ ਭਵਿੱਖ ਚੰਗਾ ਹੋਏ ਕੱਲ ਨੂੰ ਤੁਹਾਡੇ ਪੈਸੇ ਨਾ ਫਸਣ ਜਿਵੇਂ ਕਿ ਬਾਂਟਰੀਅਲ ਦੇ ਤਿੰਨ ਕਾਲਜਸ ਦੇ ਵਿੱਚ ਫਸੇ ਸ਼ੁਰੂ ਤੋਂ ਹੀ ਅਸੀਂ ਕਹਿੰਨੇ ਆਏ ਆ ਕਿ ਪੈਸੇ ਉਦੋਂ ਦਿਓ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਮੈਂ ਅੱਜ ਵੀ ਉਸੇ ਗੱਲ ਤੇ ਸਟੈਂਡ ਕਰਦਾ ਜੇ ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਆਪਣੀ ਜੇਬ ਨੂੰ ਤਾਲਾ ਲਾ ਕੇ ਫਿਰ ਕਿਸੇ ਏਜੰਟ ਜਾਂ ਕੰਸਲਟੈਂਟ ਦੇ ਕੋਲ ਜਾਓ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਉਦੋਂ ਦੋ ਪੈਸੇ ਵੱਧ ਦੇਣੇ ਪੈਂਦੇ ਆ ਵੱਧ ਦੇ ਦਿਓ ਬਟ ਐਟ ਲੀਸਟ ਇਹ ਪਤਾ ਕਿ ਹੁਣੇ ਪੈਸੇ ਮੈਂ ਉੱਥੇ ਜਾ ਕੇ ਕੰਮ ਕਰਕੇ ਕਮਾ ਲਾਂਗਾ ਮੈਨੂੰ ਹੁਣ ਇਹ ਨੁਕਸਾਨ ਤਾਂ ਨਹੀਂ ਨਾ ਹੈਗਾ ਕਿ ਇਹ ਪੈਸੇ ਮੇਰੇ ਮੁੜਨੇ ਨਹੀਂ ਜਾਂ ਕੱਲ ਨੂੰ ਵੀਜ਼ਾ ਨਹੀਂ ਲੱਗਾ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਅੱਜ ਵੀ ਐਮ ਕਾਲਜ ਸੀਡੀ ਔਰ ਸੀसीएसक्यू ਦੇ ਸਟੂਡੈਂਟਸ ਅੱਜ ਵੀ ਇਦਾਂ ਦੇ ਨੇ ਜਿਹੜੇ ਵਿਚਾਰੇ ਇੰਡੀਆ ਬੈਠੇ ਹੀ ਆਈਪੀ ਦੇ ਉੱਤੇ ਆਨਲਾਈਨ ਹੀ ਪੜ੍ਹਾਈ ਕਰੀ ਗਏ ਆਪਣੀ ਕਿਸੇ ਨੇ ਇੱਕ ਸੈਮੈਸਟਰ ਕਰ ਲਿਆ ਕਿਸੇ ਨੇ ਦੋ ਸੈਮੈਸਟਰ ਕਰ ਲਏ ਔਰ ਅੱਜ ਉਹਦਾ ਨਤੀਜਾ ਇਹ ਹੈ ਕਿ ਕਾਲਜ ਨੇ ਬੈਂਕਰਪਸੀ ਪ੍ਰੋਟੈਕਸ਼ਨ ਅਪਲਾਈ ਕਰਤੀ ਔਰ ਪੈਸੇ ਮਿਲਨੇ ਆ ਕਿ ਨਹੀਂ ਮਿਲਨੇ ਇਦਾਂ ਕੁ ਤੋ ਵੀ ਕੋਈ ਵੀ ਆਨਸਰ ਜਿਹੜਾ ਹੈਗਾ ਸਟੂਡੈਂਟ ਨੂੰ ਜਾਂ ਉਸ ਏਜੰਟ ਨੂੰ ਵੀ ਜਿਹੜਾ ਇੰਡੀਆ ਦੇ ਵਿੱਚ ਬੈਠਾ ਕੋਈ ਰਿਪਲਾਈ ਨਹੀਂ ਮਿਲ ਰਿਹਾ ਸੋ ਆਹੀ ਅਪਡੇਟ ਸੀ ਜੀ ਨੰਬਰਸ ਵਧੇ ਨੇ ਸਟੂਡੈਂਟਸ ਗੋਇੰਗ ਟੂ ਕੈਨੇਡਾ ਐਂਡ ਸਟੂਡੈਂਟਸ ਗੋਇੰਗ ਟੂ ਯੂ ਐਸ اے ਫਰੋਮ ਇੰਡੀਆ ਦੋਨੋ ਕੰਟਰੀਜ਼ ਦੇ ਵਿੱਚ ਰਿਕਾਰਡ ਨੰਬਰ ਆਫ ਵੀਜ਼ਾਸ ਜਿਹੜੇ ਹੈਗੇ ਆ ਉਹ ਪਿਛਲੇ ਸਾਲ ਦੇ ਵਿੱਚ ਇਸ਼ੂ ਹੋਇਆ ਸੋ ਜੇ ਤੁਸੀਂ ਵੀ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਵੀ ਇਹਨਾਂ ਕੰਟਰੀਜ਼ ਚ ਜਾ ਕੇ ਸੁਨਹਿਰੀ ਭਵਿੱਖ ਬਣਾਉਣਾ ਚਾਹੁੰਦੇ ਹੋ ਆਪਣੇ ਸੁਪਨੇ ਸੱਚ ਕਰਨੇ ਚਾਹੁੰਦੇ ਹੋ ਸਾਡੇ ਆਫਿਸ ਵਿਜ਼ਿਟ ਕਰੋ ਟੀਮ ਨੂੰ ਮਿਲੋ ਆਪਣੀਆਂ ਆਪਸ਼ਨਸ ਜਾਣੋ ਕਿ ਕਿਹੜੀ ਕੰਟਰੀ ਲਈ ਕਿੰਨੀ ਕੁ ਐਲੀਜੀਬਿਲਿਟੀ ਤੁਹਾਡੀ ਬੰਦੀ ਹੈ ਔਰ ਕਿੰਨੇ ਕੁ ਵੀਜ਼ਾ ਦੇ ਚਾਂਸਸ ਨੇ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ